ਅੱਜ ਚਲਾਨ ਕੀਤੇ ਆ, ਕਿੰਨੇ ਕੁ ਚਲਾਨ ਕੀਤੇ ਆ, ਕਾਹਦੇ ਕੀਤੇ ਆ? 15 ਚਲਾਨ ਕੀਤੇ, ਰੋਂਗ ਸਾਈਡ ਆ ਰਹੇ, ਇਹਦੇ ਕਰਕੇ ਐਕਸੀਡੈਂਟ ਬਹੁਤ ਹੋ ਰਿਹਾ ਜੀ। ਅਤੇ ਹੋਰ ਹੁਣ ਕਿੰਨਾ ਕੁ ਇਹਨਾਂ ਤੋਂ ਜੁਰਮਾਨਾ? ਜੁਰਮਾਨਾ ਜੀ ਰੋਂਗ ਸਾਈਡ ਦਾ 500 ਰੁਪਏ ਜੁਰਮਾਨਾ ਹੈ। ਜਿਹਨਾਂ ਕੋਲ ਡਾਕੂਮੈਂਟ ਹੈ ਅਸੀਂ ਡਾਕੂਮੈਂਟ ਰੱਖ ਲਏ ਅਤੇ ਉਹਨਾਂ ਨੂੰ ਭੇਜ ਰਹੇ ਆ। ਜਿਹਨਾਂ ਕੋਲ ਡਾਕੂਮੈਂਟ ਨਹੀਂ ਆ ਤਾਂ ਐਟ ਦੀ ਸਪੋਰਟ ਚਲਾਨ ਕਰ ਰਹੇ ਜੀ। ਅੱਜ ਚਲਾਨ ਕੀਤੇ ਗਏ ਆ, ਕੀ ਕਰਨਾ ਜੀ? ਇਹ ਤਾਂ ਜੀ ਪਿਛਲੇ ਦਿਨ ਮਤਲਬ ਸਾਡੇ ਉੱਚ ਅਫਸਰਾਂ ਨਾਲ ਬਹੁਤ ਹੀ ਸਖਤੀ ਦੇ ਨਾਲ ਇਹ ਟ੍ਰੈਫਿਕ ਨੂੰ ਉਹਨਾਂ ਨੇ ਸੁਚੱਜੇ ਢੰਗ ਨਾਲ ਚਲਾਉਣ ਲਈ ਇੱਕ ਦਿਸ਼ਾ ਨਿਰਦੇਸ਼ ਦਿੱਤੇ ਹੈ। ਉਹਦੇ ਵਿੱਚ ਕਈ ਤਰ੍ਹਾਂ ਦੇ ਨੇ ਕਿ ਇੱਕ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ 'ਤੇ, ਓਵਰ ਸਪੀਡ ਗੱਡੀਆਂ ਚਲਾਉਣ ਵਾਲੇ 'ਤੇ, ਇੱਕ ਨਾਬਾਲਗ ਬੱਚੇ ਜਿਹੜੇ ਵੀ ਬਹੁਤ ਜ਼ਿਆਦਾ ਤਾਦਾਦ ਵਿੱਚ ਮਤਲਬ ਵਹੀਕਲ ਲੈ ਕੇ ਘੁੰਮ ਰਹੇ ਹੈ ਅਤੇ ਜੋ ਐਕਸੀਡੈਂਟ ਦਾ ਕਾਰਨ ਬਣਦੇ ਆ, ਉਹਨਾਂ ਦੀ ਮਤਲਬ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਤੱਕ ਰੱਖਦੇ ਹੋਏ ਸਾਡੇ ਮਾਣਯੋਗ SSP ਸ਼੍ਰੀ ਸੰਦੀਪ ਗਰਗ ਜੀ, SP ਟ੍ਰੈਫਿਕ ਸਾਹਿਬ ਸਰਦਾਰ ਹਰਿੰਦਰ ਸਿੰਘ ਮਾਨ ਜੀ ਵੱਲੋਂ ਨੇ ਬਹੁਤ ਸਖਤੀ ਨਾਲ ਸਾਨੂੰ ਨਿਬੜਨ ਲਈ ਇਹਨਾਂ ਦੇ ਨਾਲ ਮਤਲਬ ਹੁਕਮ ਕੀਤੇ ਹੈ। ਹੁਣ ਅਸੀਂ ਰੋਜ਼ਾਨਾ ਇੱਕ ਦਿਨ ਛੱਡ ਕੇ ਕਿਤੇ ਓਵਰ ਸਪੀਡ ਦਾ ਜਿਵੇਂ ਡਰਿੰਕਿੰਗ ਡਰਾਈਵ ਦਾ ਨਾਕਾ ਲਗਾ ਕੇ ਰਾਤ ਨੂੰ ਰੋਜ਼ਾਨਾ ਲੱਗਿਆ ਕਰਨਗੇ, ਇਹਨਾਂ ਦੇ ਚਲਾਨ ਕੀਤੇ। ਇਸ ਤੋਂ ਬਿਨਾਂ ਜੋ ਰੋਜ਼ਾਨਾ ਜਰਨਲ ਨੇ ਕਿ ਜਿਵੇਂ ਸਕੂਲਾਂ ਦੇ ਸਾਹਮਣੇ ਜਾ ਕੇ ਬੱਚਿਆਂ ਨੂੰ ਪਹਿਲਾਂ ਬਹੁਤ ਅੱਗੇ ਅਵੇਅਰ ਕੀਤਾ ਹੈ ਵੀ ਉਹਨਾਂ ਦੇ ਵੀ ਉਹਦੇ ਨਾਲ ਕਿ ਇਸ ਚੀਜ਼ ਦਾ ਚਲਾਨ ਕੀਤੇ ਹਨ ਜੋ 25-25 ਹਜ਼ਾਰ ਰੁਪਇਆ ਜੁਰਮਾਨਾ ਚੁੱਕੇ। ਅਤੇ ਇਸ ਤੋਂ ਐਕਸਟਰਾ ਜਿਵੇਂ ਰੋਂਗ ਸਾਈਡ ਕਈ ਵਾਰੀ ਅੱਗੇ ਤੋਂ ਮੁੜਨ ਦੀ ਬਜਾਏ ਹਰੇਕ ਮਤਲਬ ਸਿੱਧਾ ਹੋ ਜਾਂਦਾ, ਰੋਂਗ ਸਾਈਡ ਹੋ ਜਾਂਦਾ ਜੋ ਐਕਸੀਡੈਂਟ ਦਾ ਕਾਰਨ ਬਣ ਜਾਂਦਾ, ਅੱਗੋਂ ਤੇਜ਼ ਵਹੀਕਲ ਆਉਂਦਾ, ਇਹਨਾਂ ਨੂੰ ਵੀ ਅਸੀਂ ਉਹਦੇ ਨਾਲ ਕੀ ਹੈ ਵੱਧ ਤੋਂ ਵੱਧ ਰੋਂਗ ਸਾਈਡ ਵਾਲਿਆਂ ਦੇ ਚਲਾਨ ਕਰ ਰਹੇ ਹਾਂ ਜੋ ਐਕਸੀਡੈਂਟ ਦੇ ਕਾਰਨ ਕੱਟਣ ਅਤੇ ਆਪਣੇ ਸਾਰੇ ਵੀ ਵਧੀਆ ਤੌਰ ਤਰੀਕੇ ਦੇ ਨਾਲ ਆਪਦੇ ਘਰ ਸੁੱਖੀ ਸ਼ਾਂਤੀ ਪਹੁੰਚੇ। ਜਿਹੜੇ ਸਰ 18 ਸਾਲ ਦੇ ਘੱਟ ਬੱਚੇ, ਉਹਨਾਂ ਦੇ ਮਾਤਾ ਪਿਤਾ ਨੂੰ ਕੀ ਕਹਿਣਾ ਚਾਹੁੰਦੇ? ਉਹਨਾਂ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਵੀ ਆਪਣੇ ਬੱਚਿਆਂ ਦਾ ਧਿਆਨ ਰੱਖੋ। ਇਹ ਜੋ ਉਹਦੇ ਕਿ ਚਲਾਨ ਮਕਸਦ ਸਾਡਾ ਚਲਾਨ ਕਰਨਾ ਨਹੀਂ, ਸਾਡਾ ਸਿਰਫ ਜਾਨਾਂ ਨੂੰ ਸੁਰੱਖਿਅਤ ਰੱਖਣ ਦਾ। ਅਸੀਂ ਕਹਿੰਦਾ ਆਪਦੇ ਬੱਚਿਆਂ ਨੂੰ ਕਿਹਾ ਵੀ ਉਹਨਾਂ 'ਚ ਬੱਚੇ ਨੂੰ ਕੋਈ ਹਜੇ ਇੰਨੀ ਸੂਝ ਬੂਝ ਨਹੀਂ ਹੁੰਦੀ ਵਹੀਕਲ ਦੀ, ਉਹਨੇ ਕੀ ਹੈ ਵੀ ਲੈ ਕੇ ਚੱਲ ਪੈਂਦਾ, ਉਦੋਂ ਜੰਗ ਹੁੰਦੇ ਆ, ਤੇਜ਼ ਵੀ ਭਜਾਉਂਦੇ ਆ, ਸਾਰਾ ਕੁਛ ਕਰਦੇ ਆ ਵੀ ਇਹ ਉਸ ਟਾਈਮ ਦੇ ਵਿੱਚ ਬੱਚਿਆਂ ਨੂੰ ਨਾ ਵਹੀਕਲ ਦਿੱਤੇ ਹਨ, ਇਹਨਾਂ ਨੂੰ ਆਪ ਛੱਡ ਕੇ ਉਹ ਸਕੂਲ ਜਾਂ ਵੈਨਾਂ ਵਗੈਰਾ ਜੋ ਚੱਲਦੀਆਂ ਇਹਨਾਂ 'ਤੇ ਭੇਜੋ ਜਾਂ ਰਿਕਸ਼ੇ ਵਗੈਰਾ ਇਹਨਾਂ 'ਤੇ ਭੇਜ ਦਿਓ ਜੋ ਸਾਡਾ ਬੱਚਾ ਸਹੀ ਸਲਾਮਤ ਮਤਲਬ ਨਾਲੇ ਇਹ ਵਹੀਕਲ ਦਿੰਦੇ ਆ ਜਦੋਂ ਇਹਨਾਂ ਦਾ ਬੱਚੇ ਦਾ ਇਹ ਨਹੀਂ ਪਤਾ ਵਹੀਕਲ ਕਿੱਥੇ ਯੂਜ ਕਰਦੇ ਆ। ਕਈ ਵਾਰੀ ਸਕੂਲ ਜਾਂਦਾ ਹੈ, ਗੇੜੀਆਂ ਮਾਰੀ ਜਾਂਦਾ ਹੈ, ਇਸ ਤਰ੍ਹਾਂ ਦਾ ਬਹੁਤ ਅਸੀਂ ਤਾਂ ਰੋਡ 'ਤੇ ਚੱਲਦੇ ਦੇਖਦੇ ਹਾਂ, ਔਨ ਰੋਡ ਕੰਮ ਕਰ ਰਹੇ ਹਾਂ, ਸਾਨੂੰ ਸਾਰਾ ਕੁਛ ਪਤਾ ਲੱਗਦਾ ਵੀ ਆਹ ਬੱਚਾ ਪੜ੍ਹਨ ਵਾਲਾ ਇਤਿਹਾਸ ਨਹੀਂ। ਬੱਚੇ ਮਾਂ ਪਿਓ ਹਮੇਸ਼ਾ ਹੀ ਸੋਚਦਾ ਵੀ ਸਾਡਾ ਬੱਚਾ ਪੜ੍ਹਨ ਗਿਆ, ਪਰ ਉਹਦੇ ਪਿੱਛੇ ਆ ਕੇ ਕੌਣ ਕੌਣ, ਕਿਉਂਕਿ ਜ਼ਿੰਮੇਵਾਰੀਆਂ ਬਹੁਤ ਛੱਡ ਚੁੱਕੇ ਆਪਾਂ, ਇਹੀ ਕਾਰਨ।